जम जम ढेर लाए आ इत्थे ना गल ना बात कोई गल होवे तुसीं लड़दे भी चंगे लगदे आ जो मावां ने जम जम सिट के खेतां दे विच ढेर ला ना कोई गल कीती ना कोई बात बात कीती जद होवे कोई गल ऐसी होवे कोई गल नहीं मेरे नाल मेरे बंदे नहीं हैगे अज बंदे हुंदे ते कदी भी हथ हथी ना पैंदे ओवे घटिया जिहा ओ गिठा जिहा जिहनूं कोई पुछदा नहीं हैगा उहने उठ के थप्पड़ मार दित्ता मैं तुहाडे नाल निबड़ांगा और निबड़ांगा मैं तुहाडे नाल चल चल भज चल 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 तैनूं दसांगा मैं दसांगा गिठिया तैनूं मैं दसांगा तू इत्थे पिओ दा पोता तां हुण इत्थे रवी जाई ना जे माँ दा दुध पीता तां जाई ना हुण देख लवांगा तैनूं मैं अठ नौ जने पै गए की होया ਭਾਜੀ ਗੱਲ ਨਾ ਕੋਈ ਬਾਤ ਕੀ ਹੋਇਆ ਕੀ ਕੋਈ ਗੱਲ ਨਹੀਂ ਕੀ ਹੋਇਆ ਕੀ ਹੈ ਮੇਰੇ ਪੁੱਤਾਂ ਦੇ ਇੱਥੇ ਹੀ ਬੈਣਾ ਹੁਣ ਹੋਇਆ ਕੀ ਹੈ ਦੇਖ ਲਾਂਗਾ ਮੈਂ ਹੌਸਲਾ ਕਰੋ ਹੌਸਲਾ ਕਰੋ ਹੋਇਆ ਕੀ ਹੈ ਹੋਣਾ ਕੀ ਹੈ ਭਾਜੀ ਮੈਂ ਤੁਰਿਆ ਆਉਣ ਡਿਆ ਆ ਨਾ ਕੋਈ ਗੱਲ ਨਾ ਕੋਈ ਬਾਤ ਹਾਂ ਮੈਂ ਸਿਰਫ ਗੌਰ ਨਾਲ ਵੇਖਿਆ ਆ ਹਾਂ ਅਖੇ ਸਾਨੂੰ ਵੇਖਿਆ ਕਿੱਦਾਂ ਆ ਇਹ ਕਿਹੜੀ ਗੱਲ ਹੋਈ ਅਖੇ ਵੇਖਿਆ ਕਿੱਦਾਂ ਵੇਖਿਆ ਕਿੱਦਾਂ ਉੱਠਿਆ ਇੱਕ ਬੰਦਾ ਹਾਂ ਉੱਠ ਕੇ ਛੱਡਮਾ ਸੈਂਡਲ ਨਾਲ ਮੈਨੂੰ ਮੇਰੇ ਨਾਲ ਮਾਰ ਦਿੱਤਾ ਵੇਖਣ ਤੋਂ ਹੀ ਵੇਖਣ ਤੋਂ ਹੀ ਅੱਗੇ ਵੇਖਿਆ ਕਿੱਦਾਂ ਮੈਂ ਕਿਹਾ ਯਾਰ ਤੁਰੇ ਆਉਣ ਡਿਆ ਆ ਨਜ਼ਰ ਮੇਰੀ ਆ ਜਿਹਨੇ ਜਿਹੜੀ ਚੀਜ਼ ਅੱਗੇ ਆਉਣੀ ਮੈਂ ਵੇਖਣੀ ਆ ਲਓ ਯਾਰ ਕਹਿਰ ਖੁਦਾ ਦਾ ਯਾਰ ਇਹ ਕਿਹੜੀ ਗੱਲ ਹੋਈ ਉੱਠਿਆ ਤੋਂ ਉੱਠ ਕੇ ਮੇਰੇ ਸੈਂਡਲ ਮਾਰਤਾ ਬੰਦਾ ਬੰਦਿਆਂ ਨਾਲ ਵੇਖ ਹੀ ਲੈਂਦਾ ਯਾਰ ਤੇ ਜੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਸੈਂਡਲ ਕਿਉਂ ਮਾਰਿਆ ਉਹ ਦੂਸਰਾ ਬੰਦਾ ਉੱਠਿਆ ਉਹਨੇ ਉੱਠ ਕੇ ਮੇਰੇ ਥੱਪੜ ਨਾ ਮਾਰ ਦਿੱਤਾ ਨਾ ਕੋਈ ਗੱਲ ਨਾ ਕੋਈ ਬਾਤ ਮਾੜੀ ਗੱਲ ਆ ਕੋਈ ਗੱਲ ਹੋਈ ਹੋਵੇ ਤੇ ਮੈਂ ਕਹਿ ਦਵਾਂ ਮਾੜੀ ਗੱਲ ਆ ਯਾਰ ਮੇਰੇ ਹੁੰਦਿਆਂ ਆ ਇੱਥੇ ਇਸ ਇਲਾਕੇ 'ਚ ਬਦਮਾਸ਼ੀ ਭਾਜੀ ਮੈਂ ਆਪ ਇਸ ਇਲਾਕੇ ਦਾ ਗੁੰਡਾ ਆ ਭਾਜੀ ਮੈਂ ਤੁਹਾਡੇ ਲਾਗੇ ਹੀ ਸੜਨ ਆਏ ਹੋਇਆ ਅੱਜ ਉਹ ਯਾਰ ਮੈਂ ਹੁਣ ਛੇਤੀ ਬੰਦਿਆਂ ਨਾਲ ਪੰਗੇ ਨਹੀਂ ਲੈਂਦਾ ਮੈਨੂੰ ਅਸਲ 'ਚ ਨਾ 6-7 ਦਿਨ ਹੋ ਗਏ ਜੇਲੋਂ ਆਏ ਨੂੰ ਅੱਛਾ ਹਾਂ ਨਹੀਂ ਤਾਂ ਮੈਂ ਕੱਚ ਗਏ ਸੀ 302 ਤੇ 302 ਦੇ ਵਿੱਚ ਤੁਸੀਂ ਸੀ 302 'ਚ ਤੇ ਭਾਜੀ ਵੇਖ ਲਓ ਮੈਂ ਤੁਹਾਡੇ ਇਲਾਕੇ ਦੇ ਵਿੱਚ ਜ਼ਿਆਦਤੀ ਹੋਵੇ ਇਹਦੀ ਇੱਦਾਂ ਹੋਣਾ ਨਹੀਂ ਚਾਹੀਦਾ ਅਸਲ ਦੇ ਵਿੱਚ ਮੈਨੂੰ ਉਹਨਾਂ ਨੇ ਨਾ ਇਕੱਲਿਆ ਵੇਖਿਆ ਹਾਂ ਕਿੰਨਾ ਮਾਰਿਆ ਮਾਰਿਆ ਕੀ ਹੈ ਮੈਂ ਤੁਹਾਨੂੰ ਦੱਸਿਆ ਕੋਈ ਗੱਲ ਹੋਈ ਹੋਵੇ ਤਾਂ ਭਾਜੀ ਮੈਂ ਦੱਸਾਂ ਮੈਂ ਸਿਰਫ ਦੇਖਿਆ ਆ ਤੇ ਇੱਕ ਉੱਠਿਆ ਉਹਨੇ ਸੈਂਡਲ ਮਾਰ ਦਿੱਤਾ ਦੂਸਰਾ ਉੱਠਿਆ ਉਹਨੇ ਥੱਪੜ ਮਾਰ ਦਿੱਤਾ ਨਾ ਕੋਈ ਗੱਲ ਨਾ ਬਾਤ ਉਹ ਜਿਹੜੇ ਸਾਹਮਣੇ ਉਹ ਜਿਹੜਾ ਬੈਠਾ ਆ ਆ ਕਾਲੇ ਸੂਟ ਵਾਲਾ ਨਹੀਂ ਇਹਦੇ ਨਾਲ ਚਿੱਟੇ ਸੂਟ ਵਾਲਾ ਇਹਨੇ ਸੈਂਡਲ ਮਾਰਿਆ ਉਹ ਪਰਲੇ ਪਾਸੇ ਇੱਕ ਗਿੱਠਾ ਜਿਹਾ ਬਦਮਾਸ਼ ਬੈਠਾ ਆ ਉਹਨੇ ਮੇਰਾ ਕੁਛ ਵੀ ਨਹੀਂ ਵੇਖਿਆ ਉਹਨੇ ਮੇਰੇ ਇਸ ਕਿਸਮ ਦਾ ਥੱਪੜ ਮਾਰਿਆ ਭਾਜੀ ਮੇਰਾ ਪਰਦਾ ਸਾਰਾ ਮੇਰਾ ਗਾਹ ਏਡਾ ਜਵਾਨ ਆਦਮੀ ਯਾਰ ਤੂੰ ਤੂੰ ਤੇ ਇਹਨਾਂ ਨੂੰ ਜਿੱਡੇ ਜਿਹੜੇ ਇਹਨਾਂ ਦੇ ਕੱਢਦੇ ਨੇ ਜਿਹੜੇ ਤੇਰੇ 'ਚ ਵੜਗਾ ਜਵਾਨ ਬੰਦਾ ਤਾਂ ਸਵੇਰੇ ਡਬ ਰੋਟੀ ਖਾ ਜਾਂਦਾ ਹੁੰਦਾ ਜੀ ਦੋ ਹੁਣ ਤਿੰਨ ਹੁਣ ਉਹ 7-8 ਜਣੇ ਆ ਤਿੰਨ ਜਿਹੜੇ ਆਉਣ ਨੂੰ ਗਏ ਆ ਹੁਣੀ 7-8 ਜਣੇ ਹੁਣ ਮੇਰਾ ਦਿਮਾਗ ਹੁਣ ਮੇਰਾ ਦਿਮਾਗ ਬਹੁਤ ਖਰਾਬ ਹੋਣ ਡਿਆ ਭਾਜੀ ਮੇਰੀ ਮੇਰਾ ਤੁਹਾਨੂੰ ਕੀ ਪਤਾ ਮੈਂ ਅੰਦਰੋਂ ਅੰਦਰ ਹੀ ਇੰਨਾ ਮਰ ਗਿਆ ਮੈਂ ਇਕੱਲੇ ਬੰਦੇ ਨੂੰ ਦੇਖ ਕੇ ਮਾਰਨਾ ਮੇਰੇ ਨਾਲ ਕੋਈ ਬੰਦੇ ਹੁੰਦੇ ਕਦੀ ਜ਼ਿੰਦਗੀ 'ਚ ਮਿਲਣਾ ਇਹ ਗੱਬ ਨਾ ਨਾਲ ਆਓ ਮੇਰੇ ਮੈਂ ਦੇਖਦਾ ਕਿਹੜੇ ਇਹ ਲੁੱਚੇ ਆ ਉਹ ਬੈਠਾ ਹੈ ਜਿਹੜਾ ਬੈਠਾ ਨਾ ਸੂਟ ਵਾਲਾ ਉਹਨੇ ਮੇਰੇ ਸੈਂਡਲ ਪਹਿਲਾਂ ਮਾਰਿਆ ਤੇ ਜਾਂਦੇ ਹੀ ਨਾ ਜਾਂਦੇ ਹੀ ਸਭ ਤੋਂ ਪਹਿਲੇ ਗਾਲਾਂ ਕੱਢਣੀਆਂ ਨੇ ਤੇ ਕੱਲਾ ਕੱਲਾ ਲੰਮਾ ਪਾ ਲੈਣਾ ਤੁਸੀਂ ਬਸ ਮੈਂ ਦੇਖੂੰਗਾ ਇੰਜ ਹੀ ਕਰਨਾ ਭਾਜੀ ਇਹ ਤਾਂ ਅੱਲਾ ਨੇ ਤੁਹਾਨੂੰ ਫਰਿਸ਼ਤਾ ਬਣਾ ਕੇ ਮੈਨੂੰ ਤੁਸੀਂ ਮੇਰੇ ਕੋਲ ਬਦਮਾਸ਼ ਰਹਿੰਦੇ ਨੇ ਤਾਂ ਮੇਰੀ ਇੰਨੀ ਬਿਸ਼ਤੀ ਸੀ ਖੁਦਾ ਦੀ ਕਸਮ ਮੈਂ ਘਰ ਵੀ ਨਹੀਂ ਸੀ ਹੁਣ ਜਾਣਾ ਇਲਾਕਾ ਹੋਵੇ ਮੇਰਾ ਤੇ ਕਿਸੇ ਮਾੜੇ ਬੰਦੇ ਨਾਲ ਹੋ ਜਾਵੇ ਜ਼ਿਆਦਤੀ ਸਾਡੇ ਜੰਮਣ ਤੇ ਹੀ ਲਾਣਤ ਆ ਫੇ ਭਾਜੀ ਇਹ ਕਰ ਰਹੇ ਆ ਜਿਹੜੇ ਬੈਠੇ ਆ ਇਹ ਕਰ ਰਹੇ ਆ ਉਹ ਵੇ ਮੈਂ ਕਹਿੰਦਾ ਕੋਈ ਗੱਲ ਹੋਵੇ ਨਾ ਤੇ ਮੈਂ ਤੁਹਾਨੂੰ ਦੱਸ ਦਵਾਂ ਕੋਈ ਗੱਲ ਹੋਈ ਹੀ ਨਹੀਂ ਮੈਂ ਤੁਰਿਆ ਉਹਨੇ ਸਿਰਫ ਦੇਖਿਆ ਕਿੱਦਾਂ ਦੇਖਿਆ ਕਿੱਦਾਂ ਮੈਂ ਕਿਹਾ ਯਾਰ ਤੁਸੀਂ ਬੈਠੇ ਸੀ ਦੇਖ ਹੀ ਲਿਆ ਮੈਂ ਤੁਸੀਂ ਤੁਰੋ ਤੁਰੋ ਇਹਨਾਂ ਨੂੰ ਜਾ ਕੇ ਪਹਿਲੇ ਪਾਓ ਨਾ ਤੇਰਾ ਚੰਗੀਆਂ ਟਕਾ ਕੇ ਗਾਲਾਂ ਤੇਰਾ ਮੈਂ ਦੇਖਦਾ ਇਹਨੂੰ ਇਹ ਨਹੀਂ ਨਾ ਪਤਾ ਮੈਂ ਦੇਖਦਾ ਵੱਡੇ ਬਦਮਾਸ਼ਾਂ ਨੂੰ ਕਿਸੇ ਮਾੜੇ ਬੰਦੇ ਨਾਲ ਸ਼ਰੀਫ ਆਦਮੀ ਸ਼ਕਲ ਹੋਣ ਲੱਗਣ ਡਿਆ ਤੁਸੀਂ ਉਹਨੂੰ ਛਿੱਤਰੋ ਛਿੱਤਰੀ ਕਰਕੇ ਵਿਚਾਰੇ ਨੂੰ ਕੀ ਉਹਨੇ ਦੇਖਿਆ ਹੀ ਇੱਕ ਵਾਰੀ ਓਏ ਹਾਂ ਕੱਢੋ ਗਾਲਾ ਉੱਠ ਕੇ ਖਲੋ ਓਏ ਉੱਠ ਤੂੰ ਕੀ ਕਰਨਾ ਸੀ ਹੈ ਰਖੜਾ ਓਏ ਤੇਰੇ ਮੈਂ ਹੁਣ ਵੀ ਮੂੰਹ ਓਏ ਬੰਦ ਕਰ ਬੰਦ ਕਰ ਬੰਦ ਕਰ ਬਕਵਾਸ ਬੈਠੋ ਤੁਸੀਂ ਓਏ ਬੰਦ ਓਏ ਮੈਂ ਤੇਰਾ ਮੂੰਹ ਬੰਦ ਕਰ ਹਾਂ ਆਇਆ ਹਏ ਹੀ ਹੈ ਇਹ ਆਹੇ ਹਾਂ ਮੈਂ ਇਹਨੂੰ ਪੁੰਜੇ ਬਾ ਓਏ ਪੁੰਜੇ ਕਾ ਬੰਦਾ ਹੈ ਤੇਰੀਆਂ ਮੈਂ ਨਾਸਾ ਬੰਦੀਆਂ ਤੇਰੀਆਂ ਆ ਜਿਹੜਾ ਬੰਦਾ ਹਾਂ ਸਹੀ ਹੈ ਇਹਨੇ ਪਿੱਛੋਂ ਗਾਲਾਂ ਕੱਢੀਆਂ ਆ ਜਿਹੜੇ ਇਹਨੇ ਗਾਲਾਂ ਕੱਢੀਆਂ ਹਾਂ ਇਹਨੇ ਗਾਲਾਂ ਕੱਢੀਆਂ ਕਰ ਗੱਲ ਓਏ ਤੇਰਾ ਮੈਂ ਇਲਾਜ ਹੁਣੇ ਕਰ ਲੈਣਾ ਓਏ ਇੱਥੇ ਪੁੰਜੇ ਬੇ ਪੁੰਜੇ ਬੇ ਪੁੰਜੇ ਦਾ ਬੈਠਾ ਕੀ ਗੱਲ ਤੈਨੂੰ ਕਹਿੰਦਾ ਪੁੰਜੇ ਬੇ ਰਾਣਾ ਸਾਹਿਬ ਹਾਂਜੀ ਕਿਹੜੇ ਰਾਣਾ ਸਾਹਿਬ ਮਾਮਾ ਇੱਥੇ ਰਾਣਾ ਸਾਹਿਬ ਹਾਂਜੀ ਹਾਂਜੀ ਆਇਆ ਹਾਂ ਇਹ ਗਾਲ ਕੱਢੀ ਇਹ
ਸੈਂਡਲ ਮਾਰਿਆ ਆ ਇਹਨੇ ਗਾਲ ਕੱਢੀ ਆ ਇੱਥੇ ਆ ਜਿਹੜਾ ਆ ਪਿੱਛੇ ਦੌੜਿਆ ਮੈਨੂੰ ਫੜਨ ਵਾਸਤੇ ਹਾਂ ਇਹ ਦੇਖ ਮੇਰਾ ਮੈਂ ਲਾਜ ਹੁਣ ਬੜਾ ਸੋਹਣਾ ਕਰਾਂਗਾ ਮੈਂ ਰਾਣਾ ਸਾਹਿਬ ਆ ਆ ਆ ਓ ਕਿਹੜੇ ਰਾਣਾ ਸਾਹਿਬ ਰਾਣਾ ਸਾਹਿਬ ਬਦਮਾਸ਼ ਨੇ ਆਹੋ ਆ ਇਹਨੇ ਮਾਰਿਆ ਹਾਂ ਇਧਰ ਆ ਵੀ ਤੂੰ ਵੀ ਇਹਨੂੰ ਤੂੰ ਲੈ ਕੇ ਆਇਆ ਦੁਬਾਰਾ ਨਹੀਂ ਨਹੀਂ ਮੈਂ ਤੇ ਇਹ ਉਧਰ ਜਾਣ ਡਿਆ ਸੀ ਰੋਂਦਾ ਰੋਂਦਾ ਹਾਂ ਤੇ ਮੈਂ ਉਹਨੂੰ ਕਿਹਾ ਕੀ ਹੋਇਆ ਅੱਛਾ ਕਹਿੰਦਾ ਮੈਨੂੰ ਬੰਦੇ ਨੇ ਮਾਰਿਆ ਮੈਂ ਕਿਹਾ ਭਾਈ ਤੂੰ ਕੁਝ ਕਿਹਾ ਹੋਣਾ ਤਾਂ ਮਾਰਿਆ ਅਗਲੇ ਪਾਗਲ ਨੇ ਅਗਲੇ ਨੇ ਦਿਮਾਗ ਖਰਾਬ ਕਰ ਸਿਆਣੇ ਬੇ ਲੈ ਆ ਜ਼ਰਾ ਫੇਰ ਅੱਲਾ ਦੀ ਕਸਮ ਆ ਰਾਣਾ ਹਾਂ ਇਹਨੇ ਮਾਰਿਆ ਕਰ ਲੈਣਾ ਲਾਇਆ ਤੇਰੀ ਜੁਰਤ ਤੋਂ ਸਦਕੇ ਤੂੰ ਆਣ ਕੇ ਗਿਰੇਬਾਨ ਨੂੰ ਪੈਣ ਦੇ ਬੁਰੇ ਕੰਮਾਂ ਦੇ ਬੁਰੇ ਨਤੀਜੇ ਭਾਈ ਮੈਂ ਕੀ ਕਰ ਸਕਦਾ ਬੁਰਾ ਮੈਂ ਰਾਣਾ ਕੀਤਾ ਹੀ ਨਹੀਂ ਯਾਰ ਤੂੰ ਜਗਦਮ ਮੁਕਰ ਗਿਆ ਨਹੀਂ ਭਾਜੀ ਤੂੰ ਮੈਨੂੰ ਕਿਹਾ ਵੇਗਾ ਫੜ ਲੈ ਇਹਨੂੰ ਜਾ ਕੇ ਭਾਜੀ ਤੈਨੂੰ ਮੈਂ ਪੁੱਛ ਲੈਣਾ ਤੈਨੂੰ ਕਿੰਨੇ ਕਿੰਨੇ ਗਿਆ ਭਾਜੀ ਕਸਮੇ ਕਹਿੰਦਾ ਬਸ ਬੰਦ ਕਰ ਆਪਣੀ ਇਹ ਕਹਿੰਦਾ ਮੈਂ ਥੱਲੇ ਮੈਂਇਹ ਕਹਿੰਦਾ ਮੈਂ ਗੁੰਡਾ ਆ ਉਹ ਥੱਲੇ ਬੈ ਬੈ ਹੋਰ ਤੂੰ ਵੀ ਨਾਲ ਨਹੀਂ ਪਹਿਲਾਂ ਇੱਥੋਂ ਦੁੱਧ ਲੱਭ ਜਾਂਦਾ ਜੀ ਆ ਦੁੱਧ ਇਹਨੂੰ ਦੇ ਰਿਹਾ ਦੁੱਧ ਰਾਣਾ ਬੜਾ ਦੁੱਧ ਨਾ ਭਵਾ ਨਾਲ ਓ ਤੈਨੂੰ ਮੈਂ ਅੱਗੇ ਕਹਿਣੇ ਓ ਭਾਈ ਇੱਥੇ ਕਤਲ ਕੀਤਾ ਸੀ ਕਿੱਥੇ ਗਿਆ ਕਤਲ ਅਸੀਂ ਭਾਈ ਅਸੀਂ ਕਤਲਾਂ ਵਾਲੇ ਅਸੀਂ ਇਦਾਂ ਦੇ ਬੰਦੇ ਨਹੀਂ ਇੱਥੇ ਸ਼ਰੀਰ ਅੱਛਾ ਤੂੰ ਤਾਂ ਮੈਨੂੰ ਕਹਿਣੇ ਆ ਇਹਨਾਂ ਨੂੰ ਫੜ ਜਾ ਕੇ ਨਹੀਂ ਮੈਂ ਕਿਹੜੇ ਵੇਲੇ ਕਹਿਤਾ ਭਾਈ ਅੱਲਾ ਦੀ ਕਸਮ ਇਹਨੇ ਮੈਨੂੰ ਕਿਹਾ ਆ ਤੇਰਾ ਮੈਂ ਹੁਣ ਲਾਜ ਵੇ ਮੈਂ ਤੇਰਾ ਇੱਕ ਕੰਨ ਲਾਉਣਾ ਹੁਣ ਕੰਨ ਅੱਲਾ ਦੀ ਕਸਮ ਇਹਨੇ ਗਿਆ ਭਾਈ ਅੱਲਾ ਵੇ ਅਰੇ ਰਾਜ ਜਰਾ ਅੱਲਾ ਗਿਆ ਭਾਈ ਇਹ ਮਾਰੀ ਕਸਮ ਭਾਈ ਇਹ ਤੇਰੀ ਜੁਰਤ ਤਾਂ ਸਦਕੇ ਜਾਵਾ ਇਹ ਤੂੰ ਸਲਵੇ बकवास हौली करनी हुण तेरी आवाज उच्ची आई ना तेरी मैं जी वड़ देनी है भाजी मैं मार खा के चल गया अल्लाह दी कसम आ लेके आया मैनू तेनू मेरा मैं बड़ा लाज करदा राणा हां जी हां जी गिरेबान पिया ना मैं तेरा इंज ना गुट लाने तेरे मैं याद कर किसी शरीफ आदमी का इदा गिरेबान नहीं फड़ना चाहिए शरीफ आदमी मैं मेरे न्याणे जेड़े को अल्लाह माफी दे ਕੰਨ ਟੁੱਟੇ ਆ ਯਾਰ ਤੂੰ ਸ਼ਰੀਫ ਆਦਮੀ ਹੈ ਭਰਾਵਾ ਤੇ ਸ਼ਰੀਫ ਆਦਮੀ ਅਸੀਂ ਵੀ ਹਾਂ ਤੇ ਆਪਾਂ ਕਦੀ ਕੁੱਤੇ ਨੂੰ ਕਿਸੇ ਨੂੰ ਵੱਟਾ ਨਹੀਂ ਮਾਰਿਆ ਮੇਰੀ ਗੱਲ ਸੁਣ ਲਾ ਤੇ ਉੱਠ ਤੇ ਛੱਡ ਦੇ ਇਸ ਗੱਲ ਨੂੰ ਬਸ ਯਾਰ ਕਿੱਦਾਂ ਛੱਡ ਦੇਵਾਂ ਮੈਂ ਤਾਂ ਟੁਰਿਆ ਜਾਣ ਡਿਆ ਭਾਜੀ ਮੈਂ ਤਾਂ ਮਾਰ ਖਾ ਕੇ ਜਾਣ ਡਿਆ ਤੂੰ ਹੀ ਅੱਗੋਂ ਮੈਨੂੰ ਲੈ ਕੇ ਆਇਆ ਵੀ ਮੈਂ ਕੰਨ ਟੁੱਟਾ ਆ ਆਦਰ ਦੇਖ ਲੈ ਲੜਾਈ ਹੋਈ ਕਿਹੜੀ ਗੱਲੋਂ ਕੁਛ ਵੀ ਨਹੀਂ ਮੈਂ ਤੁਰਿਆ ਜਾ ਰਿਹਾ ਸਿਰ ਮੈਂ ਆ ਭਾਜੀ ਨੂੰ ਵੇਖਿਆ ਆ ਹਾਂ ਤੇ ਮੇਰੇ ਕੋਲ ਨਹੀਂ ਕਿੱਦਾਂ ਵੇਖਿਆ ਮੈਂ ਕਿਹਾ ਭਾਜੀ ਮੈਂ ਤੁਰਿਆ ਜਾ ਰਿਹਾ ਵੈਸੇ ਤੁਹਾਡੇ ਵੱਲ ਨਜ਼ਰ ਪੈ ਗਈ ਆ ਹੋਰ ਕੋਈ ਗੱਲ ਨਹੀਂ ਹੈ ਤੇ ਨਹੀਂ ਵੇਖੀਦਾ ਹੁੰਦਾ ਅੰਜ ਕਿਸੇ ਵਾਲ ਭਾਈ ਕਿਉਂ ਤੂੰ ਵੇਖਿਆ ਹੁਣ ਭਾਜੀ ਮੈਂ ਤਾਂ ਵੈਸੇ ਹੀ ਵੇਖਿਆ ਆ ਨਹੀਂ ਉਦੋਂ ਤੇਰੀ ਵੇਖਣੀ ਖਰਾਬ ਸੀ ਹਾਂ ਵੇਖਣੀ ਖਰਾਬ ਨਹੀਂ ਅੱਲਾ ਦੀ ਕਸਮੇ ਨਹੀਂ ਖਰਾਬ ਸੀ ਤੇਰੀ ਵੇਖਣੀ ਖਰਾਬ ਖੁਦਾ ਦੀ ਕਸਮੇ ਤੇਰੀ ਆ ਹੁਣ ਆਉਣੀ ਵੀ ਖਰਾਬ ਸੀ ਕਿਹਨੇ ਆ ਜਿਹੜਾ ਤੂੰ ਹੁਣ ਆਇਆ ਤੂੰ ਆਉਂਦੇ ਅੱਗੇ ਬਾਨ ਉਹ ਤੇਰੀ ਜੁਰਤ ਹੈ ਤੂੰ ਕਿਹਦੇ ਬਾਨ ਨੂੰ ਪਵੇ ਸਾਡੇ ਆ ਰਾਣਾ ਸਾਹਿਬ ਕਹਿਣ ਡਿਆ ਸੀ ਨਹੀਂ ਮੈਂ ਰਾਣਾ ਤੂੰ ਮੈਨੂੰ ਕਿਹਾ ਨਹੀਂ ਫੜ ਇਹਨਾਂ ਨੂੰ ਕਿ ਮੈਂ ਕਿਉਂ ਭਾਈ ਤੂੰ ਤਾਂ ਮੈਨੂੰ ਕਿਹਾ ਇੱਥੇ ਅਸੀਂ ਪਾਗਲ ਆ ਭਾਈ ਕਿਸੇ ਨੂੰ ਕਹੀਏ ਤੂੰ ਆਵਾਜ਼ ਨਹੀਂ ਆ ਰਹੀ ਸੁਣੀ ਹੁਣ ਤੂੰ ਸਾਲ ਇੱਕ ਕਿਤੇ ਨਹੀਂ ਜਾਣਾ ਡੰਗਰਾਂ ਨੂੰ ਪੱਠੇ ਪਾਉਣੇ ਆ ਰੇੜੀ ਤੇ ਗੋਹਾ ਰਜ਼ਾਨਾ ਬਾਹਰ ਛੱਡ ਕੇ ਆ ਯਾਰ ਤੂੰ ਮੈਨੂੰ ਕਿਹਾ ਮੈਂ ਕਤਲ ਕੀਤਾ ਆ ਕਿਹਨੇ ਖੁਦਾ ਦਾ ਨਾਮ ਅਨ ਭਾਈ ਕਤਲ ਉਹ ਤੂੰ ਮੈਨੂੰ ਕਿਹਾ ਨਹੀਂ ਮੈਂ ਕਦਮੈ ਸੇ ਅਲੱਗੇ ਦਾ ਗੁੰਡਾ ਆ ਲੈ ਤੂੰ ਕਹ ਲੰਮਿਆ ਪਾ ਮੈਂ ਨਹੀਂ ਕਿਹਾ ਲੰਮਿਆ ਪਾ ਅੱਲਾ ਦੀ ਕਸਮ ਇਹਨੇ ਕਿਹਾ ਭਾਜੀ ਖੁਦਾ ਦੀ ਕਸਮ ਬਕਵਾਸ ਆਪਣੀ ਬੰਦ ਕਰ ਲੈ ਤੂੰ ਛਕ ਲੋ ਝੂਠਾ ਬੰਦਾ ਲੈ ਕੇ ਆਇਆ ਹੈ ਝੂਠਾ ਤੂੰ ਆਇਆ ਹੀ ਆ ਜਾ ਦੀ ਕਸਮ ਮੈਨੂੰ ਮਾਰ ਦੇਣਾ ਉਹ ਤੇਰੇ ਚਿਹਰੇ ਤੋਂ ਅਗਰ ਨੂਰ ਉੱਡ ਗਿਆ ਓ ਰਾਣਾ ਝੂਠ ਨਾ ਬੋਲ ਮੈਂ ਤੈਨੂੰ ਕਿਹੜੇ ਵੇਲੇ ਕਿਹਾ ਓ ਤੂੰ ਉੱਥੇ ਮੈਨੂੰ ਕਿਹਾ ਨਹੀਂ ਹੈਗਾ ਭਾਜੀ ਮੈਂ ਨਹੀਂ ਇਹਨੂੰ ਕੋਈ ਭਾਜੀ ਗੱਲ ਕਹੀ ਅੱਲਾ ਪਾਕ ਦੀ ਕਸਮ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹਨਾਂ ਨੂੰ ਜਾਂਦੇ ਆ ਲੰਬਿਆ ਪਾਲਾ ਕਿੰਨਾਂ ਨੂੰ ਆ ਤੁਹਾਨੂੰ शरीफ आदमी देख लो मामा शरीफ आदमी लुच्चा लगन तेन छित्र अगे मारा तू उदो भी बड़ी जाइए तू कि बोल सकता बोल मैं बोलिया ਓ ਰਾਣਾ ਹਾਂਜੀ ਓ ਤੇਰਾ ਬੇੜਾ ਗਰਕ ਜਾ ਤੂੰ ਮੈਨੂੰ ਨਵੇਂ ਪੱਗੇ ਚ ਪਾਤਾ ਆ ਮੈਂ ਕੀ ਕਿਹਾ ਬਦਮਾਸ਼ ਛੁੱਟ ਖਲੋਇਆ ਯਾ ਮੈਂ ਕੀ ਕਿਹਾ ਮੈਂ ਚੰਗਾ ਬੁਲਾ ਜਾਣ ਡਿਆ ਸੀ ਮੈਂ ਤਾਂ ਤੈਨੂੰ ਧਰੂ ਧਰੂ ਕੇ ਲੈ ਜਾਣ ਡਿਆ ਸੀ ਯਾਰ ਇਦਾਂ ਦੇ ਬੰਦਿਆਂ ਦਾ ਨਹੀਂ ਮੱਥੇ ਲੱਗੀਦਾ ਹੁੰਦਾ ਲੰਮਿਆ ਪਾ ਇਹਨਾਂ ਨੂੰ ਨਹੀਂ ਲੰਮਿਆ ਬਾ ਆ ਇਹਨੇ ਗਿਆ ਕਿਹਾ ਨਹੀਂ ਭਾਜੀ ਮੈਂ ਅੱਲਾ ਦੀ ਕਸਮ ਇਹਨੇ ਗਿਆ ਨਹੀਂ ਨਹੀਂ ਝੂਠੀਆਂ ਤੇ ਝੂਠਾ ਤੂੰ ਗਲਤ ਗੱਲਾਂ ਕਰ ਰਿਹਾ ਓ ਭਾਜੀ ਇਹਨੇ ਮੈਨੂੰ ਕਿਹਾ ਇਹਨੂੰ ਲੰਮਿਆ ਪਾ ਲਾ ਇਹਨੇ ਕਿਹਾ ਆ ਆ ਬੰਦੇ ਨੇ ਤੂੰ ਨਹੀਂ ਹੁਣ ਕਿਤੇ ਵੀ ਜਾਂਦਾ ਹਾਂ ਤੂੰ ਹੁਣ ਇੱਥੇ ਬਹਿ ਨਾ ਕੋਲ ਕੰਮ ਕਰ ਰਿਹਾ ਤੂੰ ਵੀ ਇੱਥੇ ਬਹਿ ਮੈਂ ਕੱਲ ਹੀ ਬਹਿਣਾ ਤੂੰ ਕਿਹਾ ਮੈਨੂੰ ਮੈਂ ਨਹੀਂ ਕਿਹਾ ਓ ਰਾਣਾ ਤੂੰ ਕਿਹਾ ਆ
ਮੈਂ ਕਿਹਾ ਤੂੰ ਜੱਲਾ ਨਹੀਂ ਕਿਸੇ ਭਾਈ ਇਹਦੇ ਗਿਆ ਖੁਦਾ ਓਏ ਤੂੰ ਕਸਮਾਂ ਬਹੁਤ ਖਾਣਾ ਤੂੰ ਝੂਠਾ ਬੰਦਾ ਲੱਗਣ ਝੂਠਾ ਬੰਦਾ ਹੈ ਝੂਠਾ ਨੇਰਾ ਝੂਠਾ ਅਮੇ ਲੱਗੀ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਦੇਖ ਚਾਰ ਇੱਥੇ ਮੁਅੱਜ਼ਜ਼ ਆਦਮੀ ਸ਼ਰੀਫ ਆਦਮੀ ਉਹ ਸ਼ਕਲੋਂ ਕਿੱਡੇ ਨੇਕ ਪਰਹੇਜ਼ਗਾਰ ਲੱਗਣ ਡਿਆ ਤੈਨੂੰ ਸ਼ਰਮ ਨਹੀਂ ਆਉਂਦੀ ਲੁੱਚਿਆ ਤੂੰ ਉਹਨਾਂ ਦੇ ਆ ਕੇ ਗੱਲ ਪੈਣ ਡਿਆ ਔਰ ਰਾਣੇ ਵਾਸਤੇ ਲੱਸੀ ਲਿਆ ਹਾਂ ਤੇ ਇਹਦੇ ਵਾਸਤੇ ਮੇਰਾ ਡੰਡਾ ਲਿਆ ਔਰ ਰਾਣੇ ਵਾਲੀ ਲੱਸੀ ਮੈਨੂੰ ਦਿਓ ਅੱਲਾ ਦੀ ਕਸਮ ਇਹ ਗੱਲਾਂ ਉਹ ਕਰਨ ਡਿਆ ਸੀ ਤੇਰਾ ਮੈਂ ਬੜਾ ਇਲਾਜ ਕਰਨਾ ਮੈਂ ਤੇਰਾ ਹਿਸਾਬ ਲਾ ਲਿਆ ਤੈਨੂੰ ਮੈਂ 27.5 ਸਾਲ ਇੱਥੇ ਰੱਖਣਾ ਓਏ ਇਹਨੇ ਗਿਆ ਆਈਏ ਓ ਬਕਵਾਸ ਬੰਦ ਕਰ ਫੇਰ ਉੱਚੀ ਭੰਗਣ ਦੇ ਇਹਨੇ ਗਿਆ ਰਾਣੇ ਤੂੰ ਕਿਹਾ ਤੂੰ ਮੈਨੂੰ ਕਿਹਾ ਨਹੀਂ ਹੈਗਾ ਮੈਂ ਕੀ ਕਿਹਾ ਤੈਨੂੰ ਤੂੰ ਮੈਨੂੰ ਕਿਹਾ ਤੇਰੇ ਲੰਮਿਆਂ ਪਾਇਰ ਨੂੰ ਜਾ ਕੇ ਲੰਮਿਆਂ ਪਾ ਪਾਗਲਾ ਮੈਂ ਲੰਮਿਆਂ ਪਾਵਾਂ ਤੈਨੂੰ ਭਾਜੀ ਆ ਤੁਹਾਡਾ ਬੰਦਾ ਇਹ ਭੱਜਾ ਜਾਣ ਡਿਆ ਸੀ ਉਧਰ ਤੁਹਾਨੂੰ ਗਾਲਾਂ ਕੱਢਣ ਡਿਆ ਸੀ ਓ ਖੁਦਾ ਮੈਂ ਫੜ ਕੇ ਲਿਆਂਦਾ ਐ ਨਾ ਗੱਡੀਆਂ ਓ ਰਾਣਾ ਗੰਦੀਆਂ ਗਾਲਾਂ ਗੰਦੀਆਂ ਮੈਨੂੰ ਅੱਲਾ ਦੀ ਕਸਮ ਗੰਦੀਆਂ ਆਉਂਦੀਆਂ ਹੀ ਨਹੀਂ ਮੈਨੂੰ ਆਉਂਦੀਆਂ ਹੀ ਨਹੀਂ ਗੰਦੀਆਂ ਆ ਕਹਿੰਦਾ ਸੀ ਰਾਣਾ ਨਾ ਕੀ ਕਹਿੰਦਾ ਜਾਂਦਿਆਂ ਨੂੰ ਲੰਮਾ ਪਾ ਜਿਹੜੇ ਤੱਕ ਗਿਆ ਨਾ ਜਿਹੜੇ ਸੈਂਡਲ ਮਾਰਿਆ ਉਹਦੀ ਅੱਖਾਂ ਕੱਢ ਦੇ ਹਾਂ ਲੜਾਈ ਮੈਂ ਇੱਥੇ ਦਾ ਗੁੰਡਾ ਆ ਤੂੰ ਕਹਿੰਦਾ ਨਹੀਂ ਸੀਗਾ ਕਿ ਮੈਂ ਗੰਨਾ ਲੈ ਕੇ ਆਉਣੀ ਆ ਭਾਜੀ ਗੰਨੇ ਦਾ ਗਿਆ ਗੰਨੇ ਦਾ ਕਿਹੜਾ ਗੰਨਾ ਗੰਨਾ ਪਤਾ ਕੀ ਗੱਲ ਆ ਮੇਰੇ ਨਾਲ ਭਾਜੀ ਅੱਲਾ ਦੀ ਕਸਮ ਗਰਮੀ ਹੋਈ ਆ ਤੇ ਮੈਨੂੰ ਉਹਨਾਂ ਨੇ ਹਕੀਮ ਨੇ ਕਿਹਾ ਗੰਨਾ ਝੂਪਿਆ ਕਰ ਮੈਂ ਉਹਨੂੰ ਕਿਹਾ ਮੈਂ ਕਿਹਾ ਕਿਹਦੇ ਕਿੱਧਰ ਚੱਲਾ ਮੈਂ ਕਿਹਾ ਮੈਂ ਗੰਨਾ ਕਰ ਰੱਖਿਆ ਉਹ ਲੈਣ ਚੱਲਾ ਗੰਨਾ ਦੀ ਗੱਲ ਕਰ ਰਿਹਾ ਸੀ ਉਹ ਯਾਰ ਗੰਨੇ ਦੀ ਗੱਲ ਕਰ ਰਿਹਾ ਨਾ ਆ ਗੰਨਾ ਐਂਦੀ ਝੂਪਣ ਵਾਲੇ ਦੀ ਗੱਲ ਕਰਨ ਡਿਆ ਆ ਗੰਨੇ ਦੀ ਗੱਲ ਕਰਨ ਡਿਆ ਮੈਂ ਤੈਨੂੰ ਕਾਰੀ ਐਂਡ ਦਾ ਦੇਣਾ ਮੈਂ ਜ਼ਿੰਦਗੀ ਦੀ ਤੇਰੀ ਗਰਮੀ ਮਕਾ ਦੇਣੀ ਆ ਉੱਤੇ ਮਕਾ ਦਿਓ ਮਕਾ ਦਿਓ ਮਾਨਾ ਨਹੀਂ ਮੈਂ ਗੰਨੇ ਦੀ ਗੱਲ ਕੀਤੀ ਹੈ ਇਹ ਭਾਜੀ ਸਾਰੀ ਇਹ ਚੱਲਿਆ ਸੀਗਾ ਇਹਨੇ ਪਲਾਨ ਕਰਕੇ ਆ ਕੇ ਤੁਹਾਡੇ ਦੁਬਾਰਾ ਤੁਹਾਡੇ ਤੇ ਇੱਕ ਹਮਲਾ ਕਰਨਾ ਸੀ ਉਹ ਹਮਲਾ ਤੂੰ ਕਰਵਾਇਆ ਆ ਮੈਂ ਤਾਂ ਮਾਰ ਖਾ ਕੇ ਸ਼ੁਕਰ ਕਰਕੇ ਜਾ ਰਿਹਾ ਸੀ ਤੂੰ ਮੈਨੂੰ ਕਿਹਾ ਆਦਰਾ ਇਹਨੇ ਮੈਂ ਤੁਰਿਆ ਜਾਣ ਡਿਆ ਤੇ ਇਹਨੇ ਮੈਨੂੰ ਉੱਥੇ ਕਿਹਾ ਕਿ ਇੱਕ ਬੰਦਿਆਂ ਨੇ ਮੈਨੂੰ ਕੁੱਟਿਆ ਬਦਮਾਸ਼ਾਂ ਨੇ ਤੇ ਭਾਈ ਜੇ ਤੂੰ ਹੁਣ ਦੇਖਣੀ ਨਾ ਲੜਾਈ ਤੇ ਆ ਜਾ ਮੇਰੇ ਨਾਲ ਦੇਖੀ ਮੈਂ ਕੱਲਾ ਉੱਥੇ ਬੜੇ ਮੈਂ ਕੁੱਕੜ ਛੱਡੇ ਸੀ ਜਿਹੜੇ ਤੇ ਲੜਾਈ ਦਿਖਾਉਣੀ ਤੂੰ ਮੈਨੂੰ ਕਿਹਾ ਨਹੀਂ ਕਿ ਆ ਮੈਂ ਦੇਖੀ ਕਿੱਦਾਂ ਕੁੱਟਦਾ ਆ ਮੇਰੇ ਇਲਾਕੇ ਦੇ ਵਿੱਚ ਕਿਹੜੀ ਜ਼ੁਰਤ ਹੋਈ ਆ ਇਹ ਗੱਲ ਇਹਨੇ ਕਹੀ ਕਹਿੰਦਾ ਇਹਨਾਂ ਦੀ ਜ਼ੁਰਤ ਹੋਈ ਮੇਰੇ ਇਹ ਕਹਿੰਦਾ ਮੈਂ ਗੁੰਡਾ ਆ ਤੇਰੀ ਹਰ ਗਈ ਆ ਭਾਜੀ ਮੈਂ ਕਿਹਾ ਹੀ ਨਹੀਂ ਹੈਗਾ ਤੇਰੀ ਮੌਤ ਸਾਡੇ ਤੇ ਵਾਜਬ ਹੋ ਗਈ ਆ ਉਹ ਗੱਲ ਕਰ ਰਾਣਾ ਤੇਰੀ ਮੌਤ ਵਾਜਬ ਹੋ ਗਈ ਤੇਰਾ ਕਤਲ ਵਾਜਬ ਹੋ ਗਿਆ ਮੈਂ ਕੀ ਗੱਲ ਕਰਨੀ ਤੇਰਾ ਭਾਈ ਕਤਲ ਵਾਜਬ ਹੋ ਗਿਆ ਅੱਧੇ ਸਿਰ ਵਾਲਿਆ ਤੂੰ ਤਾਂ ਜੇਲ ਕੱਟੀ ਕੋਈ ਨਹੀਂ ਜੇਲ ਜੂਲ ਕੱਟੀ ਉਹ ਜੇਲ ਜੇਲ ਕੱਟੀ ਜੀ ਦੱਸਿਆ ਨਹੀਂ ਮੈਨੂੰ ਭਾਈ ਤੁਸੀਂ ਜਾਣੋ ਤੁਹਾਡਾ ਕੰਮ ਜਾਣਾ ਜੇਲ ਕੱਟੀ ਆ ਤੁਸੀਂ ਨਹੀਂ ਇਹਨੂੰ ਕੁਝ ਕਹਿਣਾ ਇਹਨੂੰ ਮੈਂ ਮਾਰਨਾ ਤੂੰ ਮੇਰਾ ਅੰਦਰੋਂ ਪਸਤਾਵ ਲੈ ਕੇ ਆ ਭਾਜੀ ਅੱਲਾ ਦੀ ਕਸਮ ਉਹ ਕਹਿ ਰਿਹਾ ਸੀ ਮੈਂ ਪਹਿਲੇ ਇੱਕ ਪਿੰਨੀ ਫਾਰਕ ਕਰਨੀ ਆ ਫਿਰ ਦੂਈ ਕਰਨੀ ਆ ਔਰ ਰਾਣਾ ਫਿਰ ਤੇਰੇ ਸਿਰ ਚ ਗੋਲੀਆਂ ਮਾਰਨੀਆਂ ਆ ਗੰਨਾ ਨਹੀਂ ਨਹੀਂ ਬੜੀਆਂ ਗੰਨਾ ਲੈਣ ਚੱਲਾਂ ਤੂੰ ਭਾਜੀ ਗੰਨੇ ਦੀ ਗੱਲ ਕੀਤੀ ਸੀ ਗੰਨੇ ਦੀ ਉਹ ਭਾਜੀ ਗੰਨੇ ਦੀ ਗੱਲ ਕੀਤੀ ਸੀ ਉਹ ਗੰਨੇ ਦੀ ਗੱਲ ਕੀਤੀ ਉਹ ਭਾਜੀ ਗੰਨੇ ਦੀ ਗੱਲ ਕੀਤੀ ਸੀ ਅੱਲਾ ਦੀ ਕਸਮ ਗੰਨੇ ਦੀ ਗੱਲ ਕੀਤੀ ਸੀ ਮੈਂ ਫੜਾ ਜੀ ਗੰਨੇ ਦੀ ਔਰ ਰਾਣਾ ਔਰ ਰਾਣਾ ਆ ਤੁਹਾਡਾ ਬੇੜਾ ਹੁਣਾ ਤੁਹਾਡਾ ਤੁਹਾਨੂੰ ਲੰਨਾ ਨੇ ਲੈਣਾ ਤੁਹਾਨੂੰ ਇਹਨੂੰ ਤਾਂ ਪਹਿਲੇ ਲਵਾਂ ਕਿਸੇ ਚੰਗਾ ਭਲਾ ਮੈਂ ਮਾਰ ਖਾ ਕੇ ਜਾਣ ਡਿਆ ਆ ਰਾਣੇ ਨੇ ਮੈਨੂੰ ਫੇਰ ਫਸਾਇਆ ਪਹਿਲਾਂ ਮੈਂ ਮਾਰ ਖਾ ਕੇ ਗਿਆ ਮੈਨੂੰ 5-6 ਜਿਹੜਿਆਂ ਨੇ ਕੁੱਟਿਆ ਮੈਂ ਤਾਂ ਤੈਨੂੰ ਐਸੇ ਹਮਦਰਦ ਗੱਲ ਦੱਸੀ ਆ ਤੂੰ ਮੈਨੂੰ ਐਸਾ ਪੰਪ ਕੀਤਾ ਆ ਫੜ ਲੈ ਇਹਨੂੰ ਲੰਮਿਆਂ ਪਾ ਲਾ ਮੈਂ ਲੰਮਿਆਂ ਪਾਉਣ ਗਿਆ ਉਹਨਾਂ ਨੇ ਫੜ ਕੇ ਮੈਨੂੰ ਲੰਮਿਆਂ ਪਾ ਲਿਆ ਆ ਬੇੜਾ ਗਰਗ ਜਿਹਾ ਰਾਣਾ ਤੇਰਾ ਕੱਖ ਨਾ ਰਵੇ ਨਿਭਣਾਗਾ ਤੁਹਾਡੇ ਨਾਲ ਵੀ ਇਹਨੂੰ ਫੇਰ ਫਾੜੇ ਨੇ ਫੇਰ ਲਿੱਤਰ ਖਾਣੇ ਆ ਕਿਸੇ